ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਵਿੱਚ ਰੋਟਾਵੇਟਰ ਤੇ ਆਉਣ ਵਾਲੀ ਸਬਸਿਡੀ ਬਾਰੇ ਗੱਲਬਾਤ ਕਰਾਂਗੇ। ਰੋਟਾਵੇਟਰ ਦੀ ਸਬਸਿਡੀ ਦੇ ਫਾਰਮ ਕਿਹੜੇ ਮਹੀਨੇ ਵਿੱਚ ਨਿਕਲਦੇ ਹਨ ਤੇ ਕਿਹੜੇ-ਕਿਹੜੇ ਡਾਕੂਮੈਂਟ ਉਹਦੇ ਨਾਲ ਲੱਗਦੇ ਹਨ ਉਹਦੀ ਜਾਣਕਾਰੀ ਇਸ ਵੀਡੀਓ ਵਿੱਚ ਪੂਰੀ ਪਾਈ ਗਈ ਹੈ। ਕਿਹੜੇ ਰੋਟਾਵੇਟਰ ਤੇ ਕਿੰਨੀ ਸਬਸਿਡੀ ਤੁਹਾਨੂੰ ਆਉਣੀ ਹੈ ਉਹਦੀ ਜਾਣਕਾਰੀ ਵੀ ਇਸ ਵੀਡੀਓ 'ਚ ਪਾਈ ਗਈ। ਪੰਜਾਬ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਡੀਲਰਾਂ ਦੀ ਲਿਸਟ ਵੀ ਤੁਹਾਡੇ ਨਾਲ ਮੈਂ ਇਸ ਵੀਡੀਓ 'ਚ ਸ਼ੇਅਰ ਕਰੂੰਗਾ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਇੱਕ ਰਿਕੁਐਸਟ ਹੈ, ਜੇ ਤੁਸੀਂ ਆਪਣਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ। ਨਿਊ ਵੀਡੀਓ ਦੇ ਨੋਟੀਫਿਕੇਸ਼ਨ ਲਈ ਘੰਟੀ ਵਾਲਾ ਬਟਨ ਦੱਬ ਕੇ ਰੱਖੋ। ਸਭ ਤੋਂ ਪਹਿਲਾਂ ਸਰਕਾਰ ਦੁਆਰਾ 2017 ਅਤੇ 2018 ਵਿੱਚ ਕਿਹੜੀਆਂ ਕਿਹੜੀਆਂ ਸਬਸਿਡੀਆਂ ਦੇਣ ਦਾ ਐਲਾਨ ਕੀਤਾ ਹੈ ਇੱਕ ਨਜ਼ਰ ਮਾਰ ਲੈਂਦੇ ਹਾਂ। ਪੰਜਾਬ ਸਰਕਾਰ ਦੁਆਰਾ ਇੱਕ PDF ਫਾਈਲ ਪਬਲਿਸ਼ ਕੀਤੀ ਗਈ ਸੀ, ਜਿਸ ਦਾ ਡਾਊਨਲੋਡਿੰਗ ਲਿੰਕ ਤੁਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦੇਖ ਸਕਦੇ ਹੋ। ਇਸ ਫਾਈਲ ਵਿੱਚ 2017 ਅਤੇ 2018 ਵਿੱਚ ਖੇਤੀ ਦੇ ਸੰਦਾਂ ਉੱਪਰ ਕਿਸ ਸੰਦ ਉੱਪਰ ਕਿੰਨੀ ਸਬਸਿਡੀ ਹੈ ਉਸ ਦੀ ਸਾਰੀ ਜਾਣਕਾਰੀ ਇਸ PDF ਫਾਈਲ ਦੇ ਵਿੱਚ ਮੌਜੂਦ ਹੈ। ਫਾਈਲ ਦੇ ਉੱਪਰ ਲਿਖੇ ਮੇਨ ਹੈਡਿੰਗ ਵੱਲ ਤੁਸੀਂ ਦੇਖ ਸਕਦੇ ਹੋ ਕਿ ਸਾਲ 2016-17 ਅਤੇ 2017-18 ਦੌਰਾਨ ਵੱਖ ਵੱਖ ਖੇਤੀ ਮਸ਼ੀਨਰੀ ਸੰਦਾਂ ਦੀਆਂ ਤਜਵੀਜ਼ ਕੀਤੀਆਂ ਨੈਸ਼ਨਲ ਕੀਮਤਾਂ ਅਤੇ ਉਤਪਾਦ ਦੀਆਂ ਦਰਾਂ। ਇਸ ਫਾਈਲ ਵਿੱਚ ਲਗਭਗ ਹਰੇਕ ਰੋਟਾਵੇਟਰ ਦੀ ਕੀਮਤ ਦਾ ਨੈਸ਼ਨਲ ਪ੍ਰਾਈਸ ਲਿਖਿਆ ਗਿਆ ਹੈ ਅਤੇ ਉਸ ਕੀਮਤ ਦਾ 40% ਉਸਦੀ ਸਬਸਿਡੀ ਤੈਅ ਕੀਤੀ ਗਈ ਹੈ। ਇਹ PDF ਫਾਈਲ ਸਕੈਨ ਕਰਕੇ ਅਪਲੋਡ ਕੀਤੀ ਗਈ ਹੈ। ਇਹਦੀ ਕਲੀਅਰਟੀ ਥੋੜ੍ਹੀ ਘੱਟ ਹੈ, ਫਿਰ ਵੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਹਾਂ ਇੱਕ ਵਾਰ। ਤੁਸੀਂ ਦੇਖ ਸਕਦੇ ਹੋ ਕਿ ਇਸ 'ਤੇ ਸਾਰੇ ਸਾਈਜ਼ ਲਿਖੇ ਹੋਏ ਨੇ। ਸਾਈਜ਼ ਦੇ ਅਕੋਰਡਿੰਗ ਰੋਟਾਵੇਟਰ ਦੀ ਨੈਸ਼ਨਲ ਕੀਮਤ ਤੈਅ ਕੀਤੀ ਗਈ ਹੈ ਅਤੇ ਉਸਦਾ 40% ਉਹਦੀ ਸਬਸਿਡੀ ਨੂੰ ਮਾਨਤਾ ਮਿਲੀ ਹੋਈ ਹੈ। ਤੁਸੀਂ ਦੇਖ ਸਕਦੇ ਹੋ ਕਿ 5 ਫੁੱਟਾਂ ਰੋਟਾਵੇਟਰ ਦੀ ਕੀਮਤ 66,000 ਰੁਪਏ ਤੈਅ ਕੀਤੀ ਗਈ ਹੈ ਅਤੇ ਉਸਦਾ 40% ਉਹਦੀ ਸਬਸਿਡੀ 26,400 ਰੁਪਇਆ ਮਾਨਤਾ ਦਿੱਤੀ ਗਈ ਹੈ। 6 ਫੁੱਟੇ ਰੋਟਾਵੇਟਰ 'ਤੇ ਸਬਸਿਡੀ 28,000 ਰੁਪਏ ਦਿੱਤੀ ਗਈ ਹੈ। 7 ਫੁੱਟੇ ਰੋਟਾਵੇਟਰ 'ਤੇ ਸਬਸਿਡੀ 30,000 ਰੁਪਏ ਦਿੱਤੀ ਗਈ ਹੈ, ਜਦਕਿ 8 ਫੁੱਟੇ ਰੋਟਾਵੇਟਰ 'ਤੇ ਸਬਸਿਡੀ 32,000 ਰੁਪਈ ਹੈ। 9 ਫੁੱਟੇ ਰੋਟਾਵੇਟਰ 'ਤੇ ਸਬਸਿਡੀ 37,600 ਰੁਪਈ ਹੈ। ਜੀਰੋ ਡਰਿੱਲ ਮਸ਼ੀਨ ਦੀ ਵੀ ਡਿਟੇਲ ਇਸ ਵਿੱਚ ਦਿੱਤੀ ਗਈ ਹੈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। 9 ਫਾਲੀ ਮਸ਼ੀਨ ਦੀ ਕੀਮਤ 27,000 ਰੁਪਏ ਤੈਅ ਕੀਤੀ ਗਈ ਹੈ, ਜਿਸ ਦੇ ਵਿੱਚ 10,800 ਰੁਪਏ ਸਬਸਿਡੀ ਹੈ। ਜੀਰੋ ਡਰਿੱਲ ਮਸ਼ੀਨ 11 ਫਾਲੀ ਦੀ ਕੀਮਤ 30,000 ਰੁਪਏ ਤੈਅ ਕੀਤੀ ਗਈ ਹੈ, ਜਿਸ ਦਾ 40% ਯਾਨੀ ਕਿ ਉਸ 'ਤੇ ਸਬਸਿਡੀ ਵਾਲੀ ਮਿਲਣ ਦੀ ਰਕਮ ਦੀ ਜਿਹੜੀ ਅਮਾਊਂਟ ਹੈ ਉਹ 12,000 ਰੁਪਈਏ ਹੈ। 13 ਫਾਲੀ ਦੇ ਉੱਪਰ 13,600 ਰੁਪਈਏ ਹੈ। 15 ਫਾਲੀ ਜਿਹਦੀ ਨੈਸ਼ਨਲ ਕੀਮਤ 41,000 ਰੁਪਈਆ ਮੰਨੀ ਗਈ ਹੈ, ਉਸਦੀ ਸਬਸਿਡੀ ਦੀ ਅਮਾਊਂਟ 16,400 ਰੁਪਈਏ। ਇਸ PDF ਫਾਈਲ ਦਾ ਡਾਊਨਲੋਡਿੰਗ ਲਿੰਕ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਪਾਇਆ ਹੋਇਆ ਹੈ, ਉਸ ਤੁਸੀਂ ਇਸਨੂੰ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਸਕਦੇ ਹੋ। ਖੇਤੀ ਦੇ ਵਿੱਚ ਸਾਰੇ ਸੰਦਾਂ ਦੀ ਸਬਸਿਡੀ ਸਰਕਾਰ ਵੱਲੋਂ ਜਿੰਨੀ ਨਿਰਧਾਰਿਤ ਕੀਤੀ ਗਈ ਹੈ ਉਸਦੀ ਅਮਾਊਂਟ ਬਕਾਇਦਾ ਇਸ ਵਿੱਚ ਲਿਖੀ ਗਈ ਹੈ ਅਤੇ ਉੱਪਰ ਇਹਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਕਿ 2017 ਅਤੇ 2018 ਦੇ ਵਿੱਚ ਕਿਹੜੇ ਕਿਹੜੇ ਸੰਦਾਂ ਉੱਪਰ ਕਿੰਨੀ ਕਿੰਨੀ ਸਬਸਿਡੀ ਸਰਕਾਰ ਨੇ ਦੇਣੀ ਹੈ ਉਸਦੀ ਅਮਾਊਂਟ ਬਿਲਕੁਲ ਤੈਅ ਕੀਤੀ ਗਈ ਹੈ, ਜਿਵੇਂ ਕਿ ਰੋਟਾਵੇਟਰ, ਹੈਪੀ ਸੀਡਰ, ਰੋਟੋ ਸੀਡਰ, ਲੇਜ਼ਰ ਲੈਵਲਰ ਅਤੇ ਸਪਰੇ ਵਾਲੀਆਂ ਢੋਲੀਆਂ ਜਾਂ ਹੋਰ ਸੰਦ, ਜਿਵੇਂ ਨਵਾਂ ਆਇਆ ਇੱਕ ਸੰਦ ਵੇਲਰ ਜਿਹੜਾ ਕਿ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਦਾ, ਜਿਹਦੀ ਕੀਮਤ 9 ਲੱਖ ਰੁਪਈਏ ਹੈ, ਜਿਸ 'ਤੇ ਸਬਸਿਡੀ 4,37,000 ਰੁਪਈਏ। ਹੁਣ ਗੱਲ ਕਰਦੇ ਹਾਂ ਰੋਟਾਵੇਟਰ ਦੀ ਸਬਸਿਡੀ ਲਈ ਜਿਹੜਾ ਫਾਰਮ ਭਰਿਆ ਜਾਂਦਾ ਹੈ ਇਹ ਕਿੱਥੋਂ ਮਿਲਦਾ ਹੈ, ਅਤੇ ਇਸਦੇ ਨਾਲ ਹੋਰ ਕਿਹੜੇ ਕਿਹੜੇ ਡਾਕੂਮੈਂਟਾਂ ਦੀਆਂ ਫੋਟੋ ਕਾਪੀਆਂ ਲੱਗਦੀਆਂ ਹਨ ਅਤੇ ਕਿਸ ਤੋਂ ਇਹ ਟੈਸਟ ਕਰਾ ਕੇ ਕਿੱਥੇ ਸਬਮਿਟ ਕਰਨਾ ਹੁੰਦਾ, ਇਹਦੀ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਦਿੰਦੇ ਹਾਂ। ਇਹ ਫਾਰਮ ਆਪਾਂ ਆਪਣੇ ਜ਼ਿਲ੍ਹੇ ਦੇ ਜਾਂ ਬਲਾਕ ਦੇ ਵਿੱਚ ਖੇਤੀਬਾੜੀ ਮਹਿਕਮੇ ਦੇ ਵਿੱਚ ਹਾਰਟੀਕਲਚਰ ਡਿਵੈਲਪਮੈਂਟ ਆਫਿਸਰ ਦੇ ਕੋਲੋਂ ਮਿਲਦਾ। ਪੰਜਾਬ ਦੇ ਸਾਰੇ ਡਿਸਟ੍ਰਿਕਟ ਅਤੇ ਬਲਾਕ ਦੇ ਵਿੱਚ ਜੋ ਵੀ ਇਸ ਟਾਈਮ ਮੌਜੂਦਾ ਹਾਰਟੀਕਲਚਰ ਆਫਿਸਰ ਹੈ ਉਹਨਾਂ ਦੀ ਲਿਸਟ ਮੈਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਪਾਈ ਹੋਈ ਹੈ, ਤੁਸੀਂ ਦੇਖ ਸਕਦੇ ਹੋ। ਇਸ ਫਾਈਲ ਵਿੱਚ ਦਫ਼ਤਰਾਂ ਦੀ ਲੋਕੇਸ਼ਨ ਅਤੇ ਉਹਨਾਂ ਦੀ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਬਕਾਇਦਾ ਮੌਜੂਦ ਹਨ, ਤੁਸੀਂ ਖੋਲ੍ਹ ਕੇ ਦੇਖ ਸਕਦੇ ਹੋ। ਜਿਸ ਕਿਸਾਨ ਵੀਰ ਨੇ ਕੋਈ ਵੀ ਸੰਦ ਖਰੀਦਿਆ ਹੁੰਦਾ ਹੈ ਉਸਦਾ ਨਾਮ ਉੱਪਰ ਇਸ ਫਾਰਮ ਦੇ ਲਿਖਿਆ ਜਾਂਦਾ ਹੈ ਅਤੇ ਨੀਚੇ ਉਸਦਾ ਐਡਰੈਸ ਲਿਖਿਆ ਜਾਂਦਾ ਹੈ ਅਤੇ ਨੀਚੇ ਇੱਕ ਕੋਲਮ ਬਣਿਆ ਹੋਇਆ ਹੈ ਜਿੱਥੇ ਕਿ ਉਸਦੇ ਪਿੰਡ ਦੇ ਸਰਪੰਚ ਦੀ ਮੋਹਰ ਅਤੇ ਸਾਈਨ ਡੇਟ ਨਾਲ ਹੁੰਦੇ ਹਨ। ਅਗਰ ਇਹ ਫਾਰਮ ਰੋਟਾਵੇਟਰ ਦੀ ਸਬਸਿਡੀ ਲਈ ਭਰਿਆ ਜਾ ਰਿਹਾ ਹੈ ਤਾਂ ਇੱਕ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜਿਸ ਦੇ ਨਾਮ 'ਤੇ ਇਹ ਫਾਰਮ ਭਰਿਆ ਜਾ ਰਿਹਾ ਹੈ ਜਾਂ ਕੋਈ ਵੀ ਸੰਦ ਦੀ ਤੁਸੀਂ ਖਰੀਦ ਕੀਤੀ ਹੈ ਤਾਂ ਉਸ ਆਦਮੀ ਦੇ ਨਾਮ 'ਤੇ ਆਪਣੇ ਪਿੰਡ ਦੀ ਜ਼ਮੀਨ ਹੋਣੀ ਲਾਜ਼ਮੀ ਹੈ।
इस फार्म नूं भरन तो बाद तुहानूं अपने जिले के हार्टीकल्चर डिवेलपमेंट ऑफिसर के कोल इस नूं जमा करवाउणा पैंदा है। उस दे नाल किहड़े किहड़े डाकूमेंट लगते हैं उहदे बारे भी तुहानूं दस दिंदा। फार्म के नाल तुहानूं ट्रैक्टर की RC की कॉपी अटैच करनी बहुत जरूरी है। बहुत सारे किसान वीर गलती कर लेंदे हन कि वह बिल अपने नाम से कटा लेंदे हन अते ट्रैक्टर की कापी उन्होंने नाम नहीं होंगी, इस करके उन्होंने रोटावेटरी सबसिडी नहीं आती। नंबर 2 वोटर ID की फोटो कापी चाहिए। नंबर 3 आधार कार्ड की फोटो कापी चाहिए है। नंबर 4 बैंक की पासबुक की फोटो स्टेट भी नाल लगेगी। नंबर 5 2 पासपोर्ट साइज फोटो चाहिए हैं। नंबर 6 ये फार्म तुहाडे पिंड दे सरपंच तो अटैस्ट किया होना चाहिए है। एक गल होर ध्यान च रख लियो किसान वीरो, कई बार खेतीबाड़ी महकमा तुहाडे पिंड दी जमीन दी फर्द भी नाल कॉपी लगवा सकता है। जिन्हें भी सारे डाकूमेंट इस फॉर्म के नाल अटैच किए गए हैं उन्हां सारयां ते उसके खरीददार का नाम सेम होना चाहिए है। पंजाब गवर्नमेंट द्वारा एक होर PDF फाइल पब्लिश की गई सी जो कि 2016 17 और 18 के लिए जिहड़ियां फर्मां नूं मानता मिली हुई है पंजाब विच सबसिडी वाले सारे संदां नूं सेल करन लई उन्हां दी लिस्ट बनाई गई है। उन्हां दीआं कीमतां तय कीतीआं गईआं ने। उन्हां लिस्ट ये पूरी लिस्ट मैं अपने वीडियो दे डिस्क्रिप्शन दे विच इहदा लिंक पाया हो, तुसीं डाउनलोड करके उसनूं पूरी बरीकी नाल पढ़ सकदे हो। इसे तरह ही पंजाब सरकार द्वारा एक फाइल होर पब्लिश कीती गई सी जो कि 21 नवंबर 2017 नूं पब्लिश की गई सी, जिस फाइल दे विच पंजाब दे सारे रजिस्टर्ड डीलरां दी लिस्ट है जो कि मैं इस वीडियो दे डिस्क्रिप्शन विच स्पैशल उसनूं पाया होया है, तुसीं उसनूं डाउनलोड करके देख सकते हो। तो बकायदा उन्होंने सारे के एड्रैस उन्होंने मोबाइल नंबर दिए गए हैं, तुम अपने ज़िले के ब्लाक के उस तो लिस्ट फाइंड आउट कर सकते हो। इस फाइल तो तुम अपने डिस्ट्रिक्ट ब्लाक के डीलर का एड्रैस उसका मोबाइल नंबर लै सकते हो, उस कॉन्टैक्ट कर सकते हो। मैं एक गल होर सारे किसान वीर शेयर करनी चाहवागा कि तुम रोटावेटर खरीदने तो पहला इस फार्म अप्लाई करो ता कि थोड़ा रोटावेटर की सबसिडी सही तरीके मिल सके। ये फार्म मोस्टली विसाखी वाले महीने जिवें कि चौथे महीने च अप्रैल च मार्च या अप्रैल के निकलते हैं रोटावेटर की सबसिडी लई, तो उस टाइम इसमें अप्लाई किया जाता है। अगर सबसिडी के लिए कोई ज़्यादा किसानों दी एप्लीकेशन सबमिट होंदिया हैं तो इसमें लाटरी सिस्टम द्वारा भी कढ़ा जाता है। पिछे जे मई 2017 के हुशियारपुर के DC साहब का एक बयान आया सी प्रेस कॉन्फ्रेंस के, उन्होंने एक बार पोस्ट तुहानू इत्थे स्क्रीन पर भी शो कर दिंदा हाँ। ये जो फोटो तुसी स्क्रीन पर देख रहे हो ये हुशियारपुर के DC बिपुल उज्जवल की है। उन्होंने अपनी एक प्रेस कॉन्फ्रेंस दस्सिया सी कि पंजाब सरकार 2017-18 किहड़े किहड़े संदां दे उपर सबसिडी दे रही है। प्रेस कॉन्फ्रेंस में DC साहब ने गलबात करदिया हुआ दस्सिया कि जिस तरह रोटावेटर, जीरो ड्रिल मशीन, लेजर लैवलर, स्प्रे वाले पंप, डीजल वाले और बैटरी वाले दोनों उपर झोने की पराली की सामभ संभाल वरते जाने वाले संद जिमें कि मल्चर और गठा पाने वाली मशीन जिन्हों बेलर कहते हैं उसका भी जिक्र उन्होंने किया। DC साहब ने इस गल का भी जिक्र किया कि वो वो सबसिडी जी 40% टोटल कीमत आ दी जाएगी, मतलब कि 30,000 वो वो सबसिडी मिलेगी। जो उन्होंने मीडिया ने पूछा कि किन्ने फार्मरों को सबसिडी मिलेगी तो उन्होंने ये दसते हुए कहा कि 40 सीड ड्रिल मशीन, 250 बैटरी वाले पंप, 200 पेट्रोल वाले स्प्रे पंप्स, 150 रोटावेटर्स, 25 कंप्यूटर कराज और 25 हैप्पी हीटर्स। एक डिस्ट्रिक्ट एडे सारे फार्मरों को सबसिडी दी जाएगी। बाकी तुसी पूरी फाइल डिटेल दे विच पढ़ सकते हो, इहदे विच सारी जानकारी दिती गई है। जे होर कोई भी न्यूज़ इहदे बारे न्यू आउंदी है जां कोई होर PDF फाइल गवर्नमेंट पब्लिश करदी है तो मैं उहदी जानकारी तुहानू वीडियो दे रूप विच दे दूंगा। तुसी मेरा चैनल सबसक्राइब कर लियो, मैं इत्थे सारी इनफॉर्मेशन अपडेट कर दूंगा जदों भी मेरे कोल अवेलेबल हो गई। वीडियो विच एक्सप्लेन कीती गई सारी जानकारी जे तुहानू चंगी लगी तां तुसी अपने यार दोस्तां नाल इसनूं शेयर कर लियो। आने वाले 2 दिनों में 2 वीडियो असी होर अपलोड करने की कोशिश करांगे। एक तो मिट्टी की टैसटिंग ते बहुत सारे किसान वीर मैं मैसेज आए थे कि मिट्टी की टैसटिंग कितों करवानी चाहिए है, कितों सही टैसट होंगे है, तो किहड़े किहड़े टैसट सानूं मिट्टी के करवाने चाहिए है। अते हुण सबसिडी वालियां रेहां खरीदने लई आधार कार्ड क्यों जरूरी किया गया, उस अते इस दे आपां नूं आने वाले टाइम की फायदे नुकसान हो रहे हैं, जां इस गवर्नमेंट आने वाले टाइम की एक्शन लै रही है, वो पूरी डिटेल उस वीडियो असी पाई है। तुसी अपने मोबाइल दे विच YouTube नूं ओपन करके अपना चैनल सर्च कर सकते हो। उपर तुसी सर्च बॉक्स में सर्च करोगे फसलों की जानकारी,
ਤਾਂ ਫਸਲਾਂ ਦੀ ਜਾਣਕਾਰੀ ਚੈਨਲ ਸਰਚ ਹੋ ਜਾਵੇਗਾ। ਇਸ ਚੈਨਲ ਨੂੰ ਖੋਲ੍ਹੋਗੇ ਤਾਂ ਤੁਹਾਨੂੰ ਇੱਥੇ ਸਾਰੀਆਂ ਵੀਡੀਓ ਤੁਹਾਡੇ ਆਪਣੇ ਕੰਮ ਦੀਆਂ ਮਿਲਣਗੀਆਂ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਜੋ ਮੈਂ ਨਵੀਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਲਈ ਤੁਸੀਂ ਬੈੱਲ ਆਈਕਾਉਨ 'ਤੇ ਕਲਿੱਕ ਕਰ ਲਿਓ। ਇੱਥੋਂ ਸਾਰੀਆਂ ਵੀਡੀਓ ਤੁਹਾਨੂੰ HD ਕੰਟੈਂਟ ਦੇਖਣ ਨੂੰ ਮਿਲੇਗਾ। ਓਕੇ ਜੀ, ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ। ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜੀ।